ਚੈਨਲ ਆਈ ਪੰਜਾਬ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਦੇਵੀਗੜ੍ਹ ਵਿਖੇ ਸਿੰਗਲਾ ਮਿਲਕ ਚਿਲਿੰਗ ਸੈਂਟਰ ਤੇ ਛਾਪਾ। ਨਕਲੀ ਦੁੱਧ ਬਣਾਉਣ ਦਾ ਸਮਾਨ ਭਾਰੀ ਮਾਤਰਾ ਵਿੱਚ ਬਰਾਮਦ ਹੋਇਆ। ਇਹ ਛਾਪਾ ਗੁਪਤ ਸੂਚਨਾ ਦੇ ਆਧਾਰ ਤੇ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਵੱਲੋਂ ਮਾਰਿਆ ਗਿਆ। ਜਿਹੜੀ ਸਾਨੂੰ ਇਤਲਾਹ ਮਿਲੀ ਸੀ, ਜਿਹਦੇ ਵਿੱਚ ਸੇਲ ਸੀਗਾ ਇਹ ਜਿਹੜੀ ਦੇਵੀਗੜ੍ਹ ਵਿਖੇ ਸਿੰਗਲਾ ਮਿਲਕ ਚਿਲਿੰਗ ਸੈਂਟਰ ਹੈ, ਉਹਦੇ ਵਿੱਚ ਨਕਲੀ ਦੁੱਧ ਫਿਲਹਾਲ ਦੁੱਧ ਨਾਲ ਬਣੀਆਂ ਜਿਹੜੇ ਬਣਾਏ ਜਾ ਰਹੇ ਆ, ਜਿਵੇਂ ਕਿ ਪਨੀਰ, ਘਿਓ। ਅਤੇ ਅਸੀਂ ਸਵੇਰ ਤੋਂ ਪਹਿਲਾਂ ਓਬਜ਼ਰਵ ਕਰਦੇ ਸੀ, ਅਸੀਂ ਇਹ ਦੇਖਣ ਦੀ ਕੋਸ਼ਿਸ਼ ਕੀਤੀ ਵੀ ਇੱਥੇ ਕਿੰਨਾ ਕੁ ਦੁੱਧ ਹੈ ਜਿਹੜਾ ਬਾਹਰੋਂ ਆਉਂਦਾ, ਕਿਉਂਕਿ ਇਹ ਵੱਡੇ ਲੈਵਲ 'ਤੇ ਸਪਲਾਈ ਕਰਦੇ ਸੀ। ਲਗਭਗ ਬਾਹਰ ਅਸੀਂ 5:30 ਵਜੇ ਸਵੇਰ ਤੋਂ ਅਸੀਂ ਇਹਦੀ ਨਿਗਰਾਨੀ 'ਤੇ ਰੱਖੇ ਹੋਏ ਸੀ, ਅਤੇ ਮੈਨੂੰ ਲੱਗਦਾ ਇੱਕ ਜਾਂ ਦੋ ਕੋਈ ਆਇਆ ਵਹੀਕਲ ਉਹਦੇ 'ਚ ਆਇਆ ਬਿਲਕੁਲ। ਹਾਂ, ਕੋਈ ਵੀ ਜਿਹੜਾ ਸਵੇਰ ਤੋਂ ਲੈ ਕੇ ਸਵੇਰੇ 5:30 ਵਜੇ ਤੋਂ ਲੈ ਕੇ ਇੱਥੇ ਕੋਈ ਵੀ ਜਿਹੜਾ ਦੁੱਧ ਪਾਉਣ ਵਾਲਾ ਕੋਈ ਵਹੀਕਲ ਜਿਹੜਾ ਨਹੀਂ ਆਇਆ ਹੈਗਾ। ਫਿਰ ਅਸੀਂ ਇੱਥੇ ਪੁਲਿਸ ਪਾਰਟੀ ਨੇ ਜਦੋਂ ਰੇਡ ਕੀਤਾ ਅਤੇ ਅਸੀਂ ਹੈਲਥ ਅਥੋਰਟੀਜ਼ ਦੇ ਨਾਲ ਉੱਥੋਂ ਅਫਸਰਸ ਉਹਨਾਂ ਦੀ ਟੀਮ ਪ੍ਰੋਪਰ ਲੈ ਲਈ ਹੈ। ਅੱਜ ਇੱਥੇ ਅਸੀਂ ਚੈੱਕ ਕਰਦੇ ਹਾਂ, ਜਿਹੜੀ ਬੜੀਆਂ ਹੈਰਾਨੀਜਨਕ ਅਤੇ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਉਹਦੇ 'ਚ ਜਿਵੇਂ ਸੁੱਕਾ ਦੁੱਧ ਦੇ ਬਹੁਤ ਸਾਰੇ ਥੈਲੇ, ਤੇਜ਼ਾਬ, ਫਿਰ ਕੈਮੀਕਲ 50% ਹੈ ਜਿਹੜੇ ਕੈਮੀਕਲ ਦੇ, ਸਿਰਕਾ ਮਿਲਿਆ, ਫਿਰ ਚਿੱਟਾ ਪਾਊਡਰ ਜਿਹੜਾ 10-20 ਕਿਲੋ, ਫਿਰ ਫੈਨਾ ਜਿਹੜੀ ਕਿ ਉਹ ਵਾਸ਼ਿੰਗ ਲਈ ਹੁੰਦੀ ਹੈ, ਬਰਤਨ ਲਈ, ਜਿਹੜੀ ਦੁੱਧ 'ਚ ਮਿਲਾਵਟ ਕਰਕੇ ਅਤੇ ਉਹਨੂੰ ਵਾਈਟਨਰ ਕੀਤਾ ਜਾਂਦਾ, ਜਿਹਨੂੰ ਮਿਲਕ ਵਾਈਟਨਰ ਕਹਿੰਦੇ ਆ, ਇਹ ਮਿਲਿਆ। ਫਿਰ 7,000 ਲੀਟਰ 3 ਟੈਂਕਰਾਂ ਦੇ ਵਿੱਚ ਦੁੱਧ ਸੀ ਉਹ ਮਿਲਿਆ। ਪਨੀਰ 15-20 ਕੁਇੰਟਲ ਹੈ ਜਿਹੜਾ ਇਹਨਾਂ ਨੇ ਬਣਾ ਕੇ ਇਸੇ ਤਰ੍ਹਾਂ ਦਾ ਰੱਖਿਆ ਹੋਇਆ। ਮੱਖਣ 45 ਕਿਲੋ ਦੇ ਕਰੀਬ ਹੈ, ਦੇਸੀ ਘਿਓ 2.5 ਕੁਇੰਟਲ ਦੇ ਕਰੀਬ ਹੈ, ਫਿਰ ਉਹਦੇ ਵਿੱਚੋਂ ਇੱਕ ਖੁੱਲ੍ਹਾ ਦੇਸੀ ਘਿਓ ਹੈ ਜਿਹੜਾ 12 ਕੁਇੰਟਲ ਦੇ ਕਰੀਬ ਹੈ। ਰਲਾ ਮਿਲਾ ਕੇ ਜਿਹੜੀ ਇਹ ਮੁੱਢਲੇ ਤੌਰ 'ਤੇ ਸਾਨੂੰ ਇਤਲਾਹ ਮਿਲੀ ਹੈ ਉਹਦੇ 'ਚ ਇਹ ਹੈ ਵੀ ਇਹ ਚੀਜ਼ਾਂ ਮਿਆਰ ਨਾਲ ਨਹੀਂ ਬਣਾਈਆਂ ਜਾ ਰਹੀਆਂ। ਤੰਦਰੁਸਤ ਮਿਸ਼ਨ ਹੈ ਜਿਹੜਾ ਪੰਜਾਬ ਸਰਕਾਰ ਦਾ, ਉਹਦੇ ਤਹਿਤ ਸਾਡੀ ਸਿਹਤ ਨਾਲ ਕੋਈ ਖਿਲਵਾੜ ਕਰਨ ਵਾਲੇ ਬੰਦੇ ਆ ਉਹਨਾਂ ਨੂੰ ਅਸੀਂ ਬੜਾ ਸਖਤੀ ਨਾਲ ਲਵਾਂਗੇ, ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਹੈਲਥ ਅਥਾਰਟੀਜ਼ ਵੱਖਰੇ, ਅਸੀਂ ਸੈਂਪਲ ਲੈ ਲਏ ਇਹਨਾਂ ਨੇ ਕੱਢ ਲਏ ਆ, ਅਸੀਂ ਇਸ ਸੰਬੰਧੀ ਥਾਣਾ ਜੁਲਕਾ ਵਿਖੇ ਮੁਕੱਦਮਾ ਦਰਜ ਕਰ ਰਹੇ ਹਾਂ। ਮੁਕੱਦਮਾ ਦਰਜ ਕਰਕੇ ਇਹਦੇ ਵਿੱਚ ਕਿੱਥੇ ਦੁੱਧ ਸਪਲਾਈ ਕਰਨਾ ਸੀ ਇੱਕੋ, ਅਤੇ ਦੂਜੀ ਗੱਲ ਇਹ ਜਿਹੜਾ ਇਹ ਗੋਰਖ ਧੰਦਾ ਜਿਹੜਾ ਚੱਲ ਰਿਹਾ ਸੀਗਾ ਉਹਦੇ ਨਾਲ ਕਿੰਨੀ ਕੁ ਇਹਨਾਂ ਨੂੰ ਕਮਾਈ ਕੀਤੀ ਹੈ, ਕਿੰਨੇ ਕੁ ਉਹਨਾਂ ਨੇ ਆਪਦੇ ਇਹੋ ਜਿਹੇ ਧੰਦੇ ਦੇ ਵਿੱਚ ਪੈਸੇ ਕਮਾ ਕੇ ਕਿੱਥੇ ਇਨਵੈਸਟ ਕੀਤੇ, ਅਸੀਂ ਉਹਦੀ ਵੀ ਪੜਤਾਲ। ਜਿਸ ਵਿੱਚ ਸੁੱਕਾ ਦੁੱਧ 53 ਥੈਲੇ, ਤੇਜ਼ਾਬ 250 ਲੀਟਰ, ਕੈਮੀਕਲ 1530 ਲੀਟਰ, ਸਿਰਕਾ 750 ਲੀਟਰ, ਚਿੱਟਾ ਪਾਊਡਰ 1,020 ਕਿਲੋ, ਸਰਫ 120 ਪਾਊਚ, ਦੁੱਧ 7,000 ਲੀਟਰ, ਪਨੀਰ 20 ਕੁਇੰਟਲ, ਮੱਖਣ 45 ਕਿਲੋ, ਦੇਸੀ ਘਿਓ 2.5 ਕੁਇੰਟਲ, ਖੁੱਲ੍ਹਾ ਦੇਸੀ ਘਿਓ 12 ਕੁਇੰਟਲ ਸਮੇਤ ਟੈਂਕਰ।